ਕਿੱਦਾਂ ਦੋਸਤੋ ਹੋਰ ਸੁਣਾਓ ਕੀ ਹਾਲ ਚਾਲ ਹੈ ਸਾਰੇ ਠੀਕ ਹੋਣੇ ਦੋਸਤੋ ਅਬਰਸੀਨ ਦਾ ਦੇਖੋ ਸਾਨੂੰ ਇਹ ਚੌਥਾ ਲੋ ਦਈ ਜਾਂਦਾ ਤੇ ਪਿੱਛੇ ਪੰਜਵਾਂ ਲੋ ਹੈ ਜਿਹੜਾ ਪਿੱਛੇ ਤਿਆਰ ਹੋਈ ਜਾਂਦਾ ਲੋ ਜੇ ਆਪਾਂ ਇਹਨੂੰ ਕੱਚਾ ਕੱਚਾ ਵੜਦੇ ਰਹੀਆਂ ਤਾਂ ਜਿੰਨੇ ਮਰਜ਼ੀ ਲੋ ਲੈ ਲੋ ਟਾਈਮ ਸਰ ਪਾਣੀ ਦਿੰਦੇ ਰੋ ਤੇ ਆ ਦੋਸਤੋ ਜਵਾਰ ਹੈਗੀ ਹੈ ਜਿਹੜੀ ਆਪਣੀ ਆਪਾਂ ਕਹਿੰਦੇ ਸੀਗੇ ਬਿਰਲੀ ਉੱਗੀ ਬਿਰਲੀ ਉੱਗੀ ਹੈ ਇਹ ਸਾਰੀ ਮਤਲਬ ਵਧੀਆ ਹੋ ਗਈ ਐਂ ਰਲ ਗਈ ਵੀ ਜਵਾਰ ਇਹ ਤੇ ਹੁਣ ਕੀ ਐ ਵੀ ਇਹਨੂੰ ਮਤਲਬ ਜਿਹੜਾ ਨੈਕਸਟ ਜਿਹੜਾ ਵੱਡ ਹੋਊਗਾ ਨਾ ਉਹ ਐਨ ਕੰਪਲੀਟ ਵਧੀਆ ਹੋਊਗਾ ਇੱਕੋਸਾਰ ਹੋਊਗਾ ਇਹ ਜਿਹੜੀ ਜਿਹੜੀ ਲੇਟ ਨਿਕਲੀ ਉਹ ਛੋਟੇ ਰਹਿ ਗਏ ਤੇ ਜਿਹੜੇ ਵੱਡੇ ਪਹਿਲੇ ਨਿਕਲੇ ਉਹ ਵੱਡੇ ਰਹਿ ਗਏ ਬੁੱਟੇ ਆ ਸਿਸਟਮ ਆ ਬਾਕੀ ਐ ਵਧੀਆ ਉਦਾਂ ਕੋਈ ਦਿੱਕਤ ਨਹੀਂ ਐ ਤੇ ਅਗਰ ਆਪਣੇ ਪੜੋਸੀਆਂ ਦੀ ਜਵਾਰ ਖੜੀ ਐ ਇਹ ਨਾਲੀ ਵੀ ਵਧੀਆ ਜਵਾਰ ਹੈਗੀ ਹੈ ਤੇ ਅੱਜ ਮੈਂ ਆਇਆ ਸੀ ਖੇਤ ਖੇਤ ਚ ਮੈਂ ਕਿਹ ਚੱਲਿਆ ਯਾਰ ਬੂਟਿਆਂ ਨੂੰ ਪਾਣੀ ਦੇ ਆਵਾ ਕਈ ਦਿਨ ਹੋ ਗਏ ਸੀ ਇਹ ਬੂਟਿਆਂ ਨੂੰ ਪਾਣੀ ਨਹੀਂ ਦਿੱਤਾ ਸੀਗਾ ਤੇ ਬੂਟਿਆਂ ਨੂੰ ਪਾਣੀ ਪੁਣੀ ਦਿੱਤਾ ਹੈ ਬਰੀਆ ਖੜੇ ਬੂਟੇ ਵੀ ਚਲੋ